कुछ लोगों दी समस्या ऐसियां सीगियां जिहड़ियां जगह जगह ते नहीं सी पहुंच रही। इस करके असीं सारे अपने ऑफिसर साहिबान नूं असीं अपने नाल लैके आए हैं कि कुछ ऐसियां समस्यावां सीगियां जिहड़ियां जटिल सीगियां जिहड़ियां पिछलियां 10-10, 15-15, 20-20 सालां तों नहीं सी हो रही। ਤੁਸੀਂ ਦੇਖਿਆ ਵਾ ਵੀ ਕਿਸ ਤਰ੍ਹਾਂ ਲੋਕ ਪਹਿਲੀ ਗੱਲ ਤੇ ਜਿਹੜਾ ਇੰਨਾ ਰਸ਼ ਆ ਉਹ ਇਸ ਚੀਜ਼ ਦਾ ਪ੍ਰਤੀਕ ਆ ਵੀ ਲੋਕਾਂ ਨੂੰ ਸਾਡੇ ਤੇ ਭਰੋਸਾ ਹੈ ਵੀ ਇਹ ਲੋਕ ਕੰਮ ਕਰ ਸਕਦੇ ਆ। मैं तुहानू एक गल पुछना चाहना कि जिहड़े पुराने पॉलिटिशियन आ उन्हां नू की चीज चाहीदी आ? सिर्फ वोटर कार्ड, होर उन्हां नू किसे ना पब्लिक ना कोई लेना देना नहीं। उन्हां नू सिर्फ वोटर कार्ड चाहीदा सीगा, उन्हां ने उन्हां दा वोट कार्ड बनवा के ते वोटां पा लैणियां। किसे ने राशन बारे नहीं सोचना, किसे ने नीले कार्ड बारे नहीं सोचना, किसे ने आयुष्मान कार्ड वास्ते नहीं पुछना, किसे ने दाने वास्ते नहीं पुछना किसे नू कणक मिलदी है कि नहीं मिलदी। उन्हां नू तां सिर्फ इह आ वी वोटर कार्ड हैगा बस। ਪਲੋਟ ਲਿੱਤਾ ਸੀਗਾ, ਹਲੇ ਉਹਨੂੰ ਮੈਂ ਕਿ 1.5-2 ਮਹੀਨੇ ਹੋਏ ਪਲੋਟ ਲਿੱਤੇ ਨੂੰ। ਦੀਪਕ ਅੰਸਰਾ ਦਾ ਕੋਈ ਇੰਸਪੈਕਟਰ ਹੈਗਾ ਪ੍ਰੋਪਰਟੀ ਟੈਕਸ ਦੇ ਵਿੱਚ। ਮੈਂ ਕਾਰਪੋਰੇਸ਼ਨ ਨੂੰ ਮਿਲ ਕੇ ਵੀ ਆਇਆ, ਮੈਨੂੰ ਕਹਿੰਦਾ ਕਿ ਬਾਹਰ ਆ ਕੇ ਮਿਲੀ ਮੈਨੂੰ। ਫਿਰ ਜੀ ਮੈਨੂੰ ਮਿਲਿਆ ਜੀ ਉਹ ਸੂਰਨ ਗਲੇਵ, ਫਿਰ ਕਹਿੰਦੇ ਕਿ ਅਸੀਂ ਸੈਟਲਮੈਂਟ ਕਰ ਲੈਂਦੇ, ਤੁਸੀਂ 70,000 ਰੁਪਇਆ ਦਿਓ, ਅਸੀਂ ਸੈਟਲਮੈਂਟ ਕਰ ਦਿੰਦੇ, ਤੁਹਾਨੂੰ ਪਰਚੀਆਂ ਕੱਟ ਕੇ ਦੇ ਦਾਂਗੇ ਅਤੇ ਇੱਕ ਬੰਦਾ ਭੇਜਿਆ ਕਰਾਂਗੇ ਹਰ ਸਾਲ, ਅਤੇ ਤੁਹਾਡੇ ਤੋਂ ਪੈਸੇ ਵੀ ਲਿਆ ਕਰੇਗਾ, ਉਸਨੂੰ ਸੇਵਾ ਪਾਣੀ ਵੀ ਕਰਦਿਆ ਕਰੋ, ਅਤੇ ਜਿਹੜਾ ਟੈਕਸ ਹੋਏਗਾ ਉਹ ਵੀ ਦੇ ਦਿਓ। ਤੁਹਾਨੂੰ ਪਤਾ ਵੀ ਕਾਰਪੋਰੇਸ਼ਨ ਹਲੇ ਸਾਡੀ ਨਹੀਂ ਹੈ, ਇੱਥੇ ਦੇ ਕੌਂਸਲਰਾਂ ਕੋਲ ਤੇ ਹੁਣ ਇੱਕੋ ਹੀ ਬਹਾਨੇ ਰਹਿ ਗਏ ਵੀ ਉਹ ਸਾਨੂੰ ਕੰਮ ਨਹੀਂ ਕਰਨ ਦੇ ਰਹੇ, ਸਾਨੂੰ ਕੰਮ ਨਹੀਂ ਕਰਨ ਦੇ ਰਹੇ। ਮੈਂ ਇਹ ਪੁੱਛਣਾ ਚਾਹੁੰਦਾ, ਪਿਛਲੇ 4 ਸਾਲ ਤਾਂ ਉਹੀ ਸੀਗੇ ਜਿਹੜੇ, ਕਈ ਕੌਂਸਲਰ ਤਾਂ 2-2, 3-3, 4-4, 5-5 ਵਾਰੀਆਂ ਦੇ ਕੌਂਸਲਰ ਨੇ, ਉਹਨਾਂ ਕੋਲ ਇੰਨੇ ਸਾਲਾਂ 'ਚ ਕੰਮ ਨਹੀਂ ਹੋਇਆ ਅਤੇ ਹੁਣ ਸਾਨੂੰ ਕਹਿ ਰਹੇ ਸਾਨੂੰ ਆਮ ਆਦਮੀ ਪਾਰਟੀ ਕੰਮ ਨਹੀਂ ਕਰਨ ਦੇ ਰਹੀ। ਇਹ ਐਵੇਂ ਇੱਕ ਦੂਸਰੇ ਦੇ ਉੱਤੇ ਧੱਬੇ ਲਾਉਣ ਵਾਲੀ ਗੱਲ ਆ। ਤੁਸੀਂ ਕੱਲ੍ਹ ਦੀਆਂ ਅਖਬਾਰਾਂ ਤੁਸੀਂ ਦੇਖੋ, ਕੱਲ੍ਹ ਦੀ ਇਹਨਾਂ ਦੀ ਮੀਟਿੰਗ ਦੇਖੋ, ਕੌਂਸਲਰ ਜਿਹੜੇ ਮੇਅਰ ਨੂੰ ਗਾਲਾਂ ਕੱਢ ਰਹੇ ਆ ਅਤੇ ਮੇਅਰ ਕੌਂਸਲਰ ਨੂੰ ਬੋਲ ਰਿਹਾ। ਇਹਨਾਂ ਦੀ ਆਪਸ ਦੇ ਵਿੱਚ ਖਿੰਨਾ ਖਿੱਚਾਤਾਨੀ ਦੇ ਵਿੱਚ ਸਾਡੇ ਸ਼ਹਿਰ ਦਾ ਬੇੜਾ ਗਰਕ ਹੋ ਗਿਆ, ਪਰ ਹੁਣ ਅਸੀਂ ਬੇੜਾ ਗਰਕ ਨਹੀਂ ਹੁੰਦੇ ਨਾ, ਹੁਣ ਅਸੀਂ ਆਪਣੇ ਸ਼ਹਿਰ ਨੂੰ ਸੁੰਦਰ ਬਣਾਵਾਂਗੇ। ਆਮ ਆਦਮੀ ਪਾਰਟੀ ਸਰਕਾਰ ਦੇ 10 ਮਹੀਨੇ ਜਲੰਧਰ ਹਲਕਾ ਸੈਂਟਰ ਤੋਂ ਵਿਧਾਇਕ ਸਾਡੇ ਨਾਲ ਨੇ, ਰਮਨ ਅਰੋੜਾ। ਪਰ ਪਹਿਲਾ ਜਨਤਾ ਦਰਬਾਰ, ਕਿਉਂਕਿ ਕਾਰਪੋਰੇਸ਼ਨ ਇਲੈਕਸ਼ਨ ਜਿਹੜੇ ਆ ਉਹ ਨਜ਼ਦੀਕ ਆ ਗਏ ਆ, ਅਸੀਂ ਜਾਣਦੇ ਹਾਂ ਇਹ ਪਹਿਲਾ ਜਨਤਾ ਦਰਬਾਰ ਜਿਹੜਾ ਇਹ ਕਿਸ ਵਿਸ਼ੇ 'ਤੇ ਆ ਔਰ ਕੀ ਕਾਰਪੋਰੇਸ਼ਨ ਇਲੈਕਸ਼ਨਾਂ ਦੀ ਤਿਆਰੀ ਕਰਕੇ ਲਗਾਇਆ ਜਾ ਰਿਹਾ? ਨਮਸਕਾਰ ਸਰ। ਵਨ ਇੰਡੀਆ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਮੇਰਾ ਨਮਸਕਾਰ ਹੈ ਜੀ। ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੈ ਕਿ ਸਾਡਾ ਇਹ ਪਹਿਲਾ ਜਨਤਾ ਦਰਬਾਰ ਹੈ, ਇੱਥੇ ਤੁਸੀਂ ਥੋੜ੍ਹਾ ਜਿਹਾ ਕਨਫਿਊਜ਼ਨ ਕਰ ਰਹੇ ਲੋਕਾਂ ਨੂੰ, ਇਹ ਇਸੇ ਜਗ੍ਹਾ 'ਤੇ ਅੱਜ ਮੇਰਾ 3ਰਾ ਜਨਤਾ ਦਰਬਾਰ ਹੈ ਜੀ। ਜਦੋਂ ਇਹ ਆਫਿਸ ਅਸੀਂ ਖੋਲ੍ਹਿਆ ਸੀਗਾ ਉਦੋਂ ਵੀ ਅਸੀਂ ਦਰਬਾਰ ਲਗਾਇਆ ਸੀ, ਉਸ ਤੋਂ ਬਾਅਦ ਵੀ ਅਸੀਂ ਇੱਕ ਦਰਬਾਰ ਲਗਾਇਆ, ਅੱਜ ਅਸੀਂ ਵੱਡੇ ਪੱਧਰ ਦੇ ਉੱਤੇ ਇਸ ਕਰਕੇ ਦਰਬਾਰ ਲਗਾਇਆ ਗਿਆ, ਤੁਹਾਨੂੰ ਨਜ਼ਰ ਆ ਰਿਹਾ ਕਿ ਅਸੀਂ ਇਹਦੇ ਨਾਲ ਹੀ ਇੱਕ ਮੈਡੀਕਲ ਕੈਂਪ ਵੀ ਲਗਾਤਾ, ਇਹਦੇ ਕਰਕੇ ਤੁਹਾਨੂੰ ਜਿਹੜੇ ਕਾਫੀ ਲੋਕ ਜਿਹੜੇ ਆਪਣਾ ਚੈੱਕਅਪ ਕਰਾਉਣ ਵਾਸਤੇ ਆਏ ਆ, ਇਸ ਕਰਕੇ ਤੁਹਾਨੂੰ ਦਰਬਾਰ ਬੜਾ ਲੱਗ ਰਿਹਾ। ਔਰ ਦੂਸਰੀ ਜਿਹੜੀ ਗੱਲ ਹੈ, ਕੁਛ ਲੋਕਾਂ ਦੀਆਂ ਸਮੱਸਿਆ ਐਸੀਆਂ ਸੀਗੀਆਂ ਜਿਹੜੀਆਂ ਜਗ੍ਹਾ ਜਗ੍ਹਾ 'ਤੇ ਨਹੀਂ ਸੀ ਪਹੁੰਚ ਰਹੀਆਂ, ਇਸ ਕਰਕੇ ਅਸੀਂ ਸਾਰੇ ਆਪਣੇ ਆਫਿਸਰ ਸਾਹਿਬਾਨ ਨੂੰ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ ਕਿ ਕੁਛ ਐਸੀਆਂ ਸਮੱਸਿਆਵਾਂ ਸੀਗੀਆਂ ਜਿਹੜੀਆਂ ਜਟਿਲ ਸੀਗੀਆਂ ਜਿਹੜੀਆਂ ਪਿਛਲੀਆਂ 10-10, 15-15, 20-20 ਸਾਲਾਂ ਤੋਂ ਨਹੀਂ ਸੀ ਹੋ ਰਹੀਆਂ, ਉਹਨਾਂ ਨੂੰ ਮੈਂ ਆਪਣੇ ਰੂਬਰੂ ਕਰਵਾਇਆ ਵਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਾਰੇ ਕੰਮਾਂ ਨੂੰ ਕਰ ਸਕੀਏ। ਬਿਹਤਰ ਚੀਜ਼, ਬਿਹਤਰ ਵਾਰਡ ਬਣਾਉਣ ਵਾਸਤੇ ਮੈਨੂੰ ਜਿਹੜੇ ਵੀ ਕਦਮ ਚੁੱਕਣੇ ਪੈਣਗੇ ਮੈਂ ਉਹਦੇ ਵਾਸਤੇ ਹਮੇਸ਼ਾ ਤਿਆਰ ਹਾਂ। ਲੋਕਾਂ ਦੀਆਂ ਨਾ ਬੜੀਆਂ ਬੇਸਿਕ ਸਮੱਸਿਆਵਾਂ ਸੀਗੀਆਂ, ਮਤਲਬ ਪਾਣੀ ਹੈ ਨਹੀਂ, ਬਿਜਲੀ ਦੇ ਖੰਭੇ ਟੁੱਟੇ ਪਏ ਆ, ਜਾਂ ਨਸ਼ਾ ਜਿਹੜਾ ਖਾਸ ਤੌਰ 'ਤੇ ਬੜਾ ਲੋਕਾਂ ਨੇ ਕਿਹਾ, ਕੁਛ ਪਾਰਕਾਂ ਦੇ ਵਿੱਚ ਨਸ਼ੇੜੀ ਜਿਹੜੇ ਆ ਉਹ ਬੈਠਦੇ ਆ, ਇਹ ਬੜੀ ਬੇਸਿਕ ਜਿਹੀ ਸਮੱਸਿਆ ਅਤੇ ਇਹਦੇ ਉੱਤੇ ਪਹਿਲੀਆਂ ਸਰਕਾਰਾਂ ਨੇ ਗੌਰ ਨਹੀਂ ਕੀਤਾ ਅਤੇ ਹੁਣ ਵੀ ਤੁਹਾਡੇ ਕੋਲ ਸਮੱਸਿਆ ਫੇਰ ਆਈ 10 ਮਹੀਨੇ ਦੇ ਵਿੱਚ? ਦੇਖੋ, ਜਿਹੜਾ ਤਾਂ ਲੋਕਾਂ ਦੇ ਵਿੱਚ ਪਾਣੀ ਦੀ ਸਮੱਸਿਆ ਆ ਜਾਂ ਸੀਵਰੇਜ ਦੀ ਜਿਹੜੀ ਸਮੱਸਿਆ ਆ, ਇਹ ਤੁਹਾਨੂੰ ਪਤਾ ਵੀ ਕਾਰਪੋਰੇਸ਼ਨ ਹਲੇ ਸਾਡੀ ਨਹੀਂ ਹੈਗੀ, ਇੱਥੇ ਦੇ ਕੌਂਸਲਰਾਂ ਕੋਲ ਤਾਂ ਹੁਣ ਇੱਕੋ ਹੀ ਬਹਾਨੇ ਰਹਿ ਗਏ ਵੀ ਉਹ ਸਾਨੂੰ ਕੰਮ ਨਹੀਂ ਕਰਨ ਦੇ ਰਹੇ, ਸਾਨੂੰ ਕੰਮ ਨਹੀਂ ਕਰਨ ਦੇ ਰਹੇ। ਮੈਂ ਇਹ ਪੁੱਛਣਾ ਚਾਹੁੰਦਾ, ਪਿਛਲੇ 4 ਸਾਲ ਤਾਂ ਉਹੀ ਸੀਗੇ, ਪਿਛਲੇ 9 ਜਿਹੜੇ ਕਈ ਕੌਂਸਲਰ ਤਾਂ 2-2, 3-3, 4-4, 5-5 ਵਾਰੀਆਂ ਦੇ ਕੌਂਸਲਰ ਨੇ, ਉਹਨਾਂ ਕੋਲ ਇੰਨੇ ਸਾਲਾਂ 'ਚ ਕੰਮ ਨਹੀਂ ਹੋਇਆ ਅਤੇ ਹੁਣ ਸਾਨੂੰ ਕਹਿ ਰਹੇ ਜੀ ਸਾਨੂੰ ਆਮ ਆਦਮੀ ਪਾਰਟੀ ਕੰਮ ਨਹੀਂ ਕਰਨ ਦੇ ਰਹੀ। ਇਹ ਐਵੇਂ ਇੱਕ ਦੂਸਰੇ ਦੇ ਉੱਤੇ ਧੱਬੇ ਲਾਉਣ ਵਾਲੀ ਗੱਲ ਆ। ਤੁਸੀਂ ਕੱਲ੍ਹ ਦੀਆਂ ਅਖਬਾਰਾਂ ਤੁਸੀਂ ਦੇਖੋ, ਕੱਲ੍ਹ ਦੀ ਇਹਨਾਂ ਦੀ ਮੀਟਿੰਗ ਦੇਖੋ,
कौंसलर जिहड़े मेयर नूं गालां कढ रहे आ ते मेयर कौंसलर नूं बोल रहे आ। इन्हां दी आपस दे विच खिन्ना च खिच्चा तानी दे विच साडे शहर दा बेड़ा गर्क हो गया, पर हुण असीं बेड़ा गर्क नहीं हुंदे ना, हुण असीं अपने शहर नूं सुंदर बनावांगे। इहदी जिहड़ी पहल आ जिद्दां तुसीं कहिंदे आ अज वड्डे तौर दे उत्ते असीं पहल वार्ड नंबर 16 च कीती आ, इह हमेशा ही हुण चलदी रहेगी। ਇਹ ਨਹੀਂ ਆ ਵੀ ਇਸੇ ਇਲੈਕਸ਼ਨਾਂ ਕਰਕੇ, ਇਲੈਕਸ਼ਨਾਂ ਦੇ ਦੌਰ ਨਾਲ ਨਹੀਂ, ਇਹ ਰੈਗੂਲਰ ਚੱਲਦੀ ਰਹੂਗੀ ਜੀ। ਤੁਸੀਂ ਜ਼ਿਕਰ ਕੀਤਾ ਦੋ ਪੁੱਲ ਤੁਸੀਂ ਪਾਸ ਕਰਵਾਏ, ਉਹ ਕਿਹੜੇ ਕਿਹੜੇ ਪੁੱਲ? ਦੋ ਪੁੱਲਾਂ ਵਾਸਤੇ ਮੈਂ ਲਿਖ ਕੇ ਦੇ ਦਿੱਤਾ ਹੈ, ਇੱਕ ਤਾਂ ਗੁਰੂ ਨਾਨਕਪੁਰੇ ਵਾਲਾ ਪੁੱਲ ਹੈ ਜੀ, ਇੱਕ ਸਾਡੇ ਗੜੇ ਰੋਡ ਵਾਲਾ ਪੁੱਲ ਹੈ। ਦੋਨਾਂ ਪੁੱਲਾਂ ਵਾਸਤੇ ਅਸੀਂ ਉਹਨਾਂ ਨੂੰ ਲਿਖ ਕੇ ਦਿੱਤਾ ਸਰਕਾਰ ਨੂੰ, ਔਰ ਮੈਨੂੰ ਉਮੀਦ ਹੈ ਵੀ ਬਹੁਤ ਜਲਦੀ ਉਹ ਪਾਸ ਹੋ ਜਾਣਗੇ ਜੀ। ਮੈਨੂੰ ਨਾ ਇੱਥੇ ਇੱਕ ਲੇਡੀਜ਼ ਮਿਲੇ, ਉਹ ਪਿਛਲੇ 22 ਸਾਲਾਂ ਤੋਂ ਉਹਨਾਂ ਦਾ ਰਾਸ਼ਨ ਕਾਰਡ ਨਹੀਂ ਬਣਿਆ, ਉਹਨਾਂ ਕੋਲ ਵੋਟ ਕਾਰਡ ਹੈਗਾ, ਆਧਾਰ ਕਾਰਡ ਹੈਗਾ, ਔਰ ਉਹ ਵੋਟ ਵੀ ਰੈਗੂਲਰ ਪਾਉਂਦੇ ਆ, ਪਰ ਰਾਸ਼ਨ ਕਾਰਡ ਜਿਹੜਾ ਉਹਨਾਂ ਕੋਲ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਪੁਰਾਣੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਕੀ ਚੀਜ਼ ਚਾਹੀਦੀ ਆ? ਸਿਰਫ ਵੋਟਰ ਕਾਰਡ, ਹੋਰ ਉਹਨਾਂ ਨੂੰ ਕਿਸੇ ਨਾਲ ਪਬਲਿਕ ਨਾਲ ਕੋਈ ਲੈਣਾ ਦੇਣਾ ਨਹੀਂ ਆ, ਉਹਨਾਂ ਨੂੰ ਸਿਰਫ ਵੋਟਰ ਕਾਰਡ ਚਾਹੀਦਾ ਸੀਗਾ, ਉਹਨਾਂ ਨੇ ਉਹਨਾਂ ਦਾ ਵੋਟ ਕਾਰਡ ਬਣਵਾ ਕੇ ਅਤੇ ਵੋਟਾਂ ਪਵਾ ਲੈਣੀਆਂ। ਕਿਸੇ ਨੇ ਰਾਸ਼ਨ ਬਾਰੇ ਨਹੀਂ ਸੋਚਣਾ, ਕਿਸੇ ਨੇ ਨੀਲੇ ਕਾਰਡ ਬਾਰੇ ਨਹੀਂ ਸੋਚਣਾ, ਕਿਸੇ ਨੇ ਆਯੁਸ਼ਮਾਨ ਕਾਰਡ ਵਾਸਤੇ ਨਹੀਂ ਪੁੱਛਣਾ, ਕਿਸੇ ਨੇ ਦਾਣੇ ਵਾਸਤੇ ਨਹੀਂ ਪੁੱਛਣਾ, ਕਿਸੇ ਨੂੰ ਕਣਕ ਮਿਲਦੀ ਹੈ ਕਿ ਨਹੀਂ ਮਿਲਦੀ। ਉਹਨਾਂ ਨੂੰ ਤਾਂ ਸਿਰਫ ਇਹ ਆ ਵੀ ਵੋਟਰ ਕਾਰਡ ਹੈਗਾ ਬਸ। ਪਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਵੋਟਾਂ ਦੇ ਵਿੱਚ, ਮੈਂ ਬਾਹਰ ਵੀ ਇਹ ਬੇਨਤੀ ਕੀਤੀ ਆ ਵੀ ਮੇਰੇ ਵਾਸਤੇ ਸਾਰੇ ਇੱਕ ਸਮਾਨ ਆ, ਹੁਣ ਮੈਂ ਸਾਰਿਆਂ ਦਾ ਹੀ MLA ਹਾਂ, ਉਹ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਵੀ ਰਵਾਇਤੀ ਪਾਰਟੀ ਦਾ ਹੋਵੇ, ਮੈਨੂੰ ਕੋਈ ਨਹੀਂ, ਮੈਂ ਸਾਰਿਆਂ ਦਾ ਕੰਮ ਪਹਿਲ ਦੇ ਆਧਾਰ ਦੇ ਉੱਤੇ ਕਰਨਾ, ਇਹੀ ਮੇਰੀ ਮੰਸ਼ਾ ਹੈ। ਔਰ ਇਹੀ ਜਿਹੜੇ ਇਸ ਵਾਰਡ ਦੇ ਸੇਵਾਦਾਰ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਵਰੰਟੀਅਰ ਆ ਦੀਨਾਨਾਥ ਜੀ, ਉਹਨਾਂ ਨੂੰ ਵੀ ਇਹੀ ਗੱਲ ਅਸੀਂ ਸਮਝਾਈ ਆ ਵੀ ਜਿਹੜੇ ਜਿਹੜੇ ਵੀ ਲੋਕ ਤੁਹਾਡੇ ਕੋਲ ਆਉਂਦੇ ਆ, ਤੁਸੀਂ ਇਹੀ ਸੋਚਣਾ ਵੀ ਇਹ ਸੈਂਟਰ ਹਲਕੇ ਦੇ ਲੋਕ ਨੇ, ਇਹਨਾਂ ਦਾ ਅਸੀਂ ਕੰਮ ਕਰਨਾ ਹੀ ਕਰਨਾ, ਸਾਨੂੰ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡੇ ਵਾਸਤੇ ਸਾਰੇ ਇੱਕ ਸਮਾਨਜਨਕ ਹੈ, ਸਾਰੇ ਇੱਕ ਜਿਹੇ ਨੇ। ਕੱਲ੍ਹ ਕੈਬਨਿਟ ਦੇ ਵਿੱਚ ਬੜੀ ਫੇਰਬਦਲ ਹੋਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਜੇਲ੍ਹਾਂ ਦਾ ਮਹਿਕਮਾ ਆਪਣੇ ਕੋਲ ਲੈ ਲਿਆ ਬੈਂਸੋਣਾ ਤੋਂ, ਔਰ ਬੈਂਸੋਣਾ ਦੇ ਮੀਥੇਅਰ ਨਾਲ ਤਬਦੀਲ ਕੀਤੇ ਗਏ, ਇਹਨੂੰ ਕਿੱਦਾਂ ਦੇਖਦੇ ਹੋ ਕਿ ਮਾਨ ਸਾਹਿਬ ਬੜੇ ਫੋਕਸਡ ਨੇ? ਦੇਖੋ ਇਸ ਤਰ੍ਹਾਂ ਹੁੰਦਾ ਵੀ ਇਹ ਉੱਪਰਲੀ ਪਾਰਟੀ ਲੈਵਲ ਦੇ ਵਿਚਾਰਧਾਰਾ ਵਾ, ਇਹ ਉਹੀ ਸਮਝ ਸਕਦੇ, ਅਸੀਂ ਆਪਣੇ ਲੈਵਲ ਦੇ ਉੱਤੇ ਇਸ ਤਰ੍ਹਾਂ 'ਤੇ ਕੋਈ ਟਿੱਪਣੀ ਨਹੀਂ ਦੇ ਸਕਦੇ ਜੀ। ਹੁਣ ਤੱਕ ਦੀ ਆਪਣੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ? ਜਨਤਾ ਸੰਤੁਸ਼ਟ ਲੱਗਦੀ ਹੈ ਤੁਹਾਨੂੰ? 10 ਮਹੀਨੇ ਦੇ ਤੁਹਾਡਾ ਕਾਰਜਕਾਲ ਹੋ ਗਿਆ, ਤੁਸੀਂ ਦੇਖਿਆ ਵਾ ਵੀ ਕਿਸ ਤਰ੍ਹਾਂ ਲੋਕ, ਪਹਿਲੀ ਗੱਲ ਤਾਂ ਜਿਹੜਾ ਇੰਨਾ ਰਸ਼ ਆ ਉਹ ਇਸ ਚੀਜ਼ ਦਾ ਪ੍ਰਤੀਕ ਆ ਵੀ ਲੋਕਾਂ ਨੂੰ ਸਾਡੇ 'ਤੇ ਭਰੋਸਾ ਹੈ ਵੀ ਇਹ ਲੋਕ ਕੰਮ ਕਰ ਸਕਦੇ ਆ, ਤਾਂ ਹੀ ਲੋਕ ਇੰਨੇ ਭਰੋਸੇ ਦੇ ਨਾਲ ਆਉਂਦੇ ਆ। ਔਰ ਤੁਸੀਂ ਜਦੋਂ ਮੈਂ ਲੋਕਾਂ ਨੂੰ ਕਿਹਾ ਜੀ ਹੱਥ ਖੜਾ ਕਰੋ ਜਿਨ੍ਹਾਂ ਦੇ ਇਹਨਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਆ, ਅਤੇ ਮੈਂ ਇੱਥੇ ਦੇਖਿਆ ਤਕਰੀਬਨ 90% ਲੋਕਾਂ ਨੇ ਆਪਣੇ ਹੱਥ ਖੜੇ ਕੀਤੇ ਆ, ਕਿਉਂਕਿ ਪਬਲਿਕ ਚਾਹੁੰਦੀ ਕੀ ਆ? ਪਬਲਿਕ ਚਾਹੁੰਦੀ ਸਾਡੀ ਸਹੂਲਤ ਹੋਵੇ। ਜੋ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਦੇ ਰਹੀ ਆ ਉਹ ਤਾਂ ਦੇਣਾ ਹੀ ਦੇਣਾ, ਹੁਣ ਜਿਹੜੇ ਕਾਰਪੋਰੇਸ਼ਨ ਦੇ ਲੋਕ ਹੈਗੇ ਆ, ਹੁਣ ਕਈ ਮਤੇ ਅਸੀਂ ਪਿਛਲੀ ਵਾਰੀ ਵੀ ਪੁਆਏ ਸੀਗੇ, ਇਹਨਾਂ ਨੇ ਸਾਡੇ ਮਤੇ ਕੈਂਸਲ ਕਰਵਾਤੇ, ਉਹਨਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਹੁਣ ਦੇਖੋ ਜਿੰਨਾ ਚੱਕਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਦਾ ਆ, ਉਹਨਾਂ ਚੱਕਰ ਸਾਨੂੰ ਕੰਮ ਕਰਨ ਦੇ ਵਿੱਚ ਦਿੱਕਤ ਆ ਰਹੀ। ਔਰ ਜਦੋਂ ਸਰ ਸਾਡਾ ਕੋਰਮ ਆ ਜਾਊਗਾ, ਜਦੋਂ ਸਾਡੀ ਆਜੂਗੇ ਸਭ ਬੰਦੇ ਕਾਰਪੋਰੇਸ਼ਨ ਦੇ, ਅਤੇ ਆਪਣੇ ਆਪ ਕੰਮ ਨੈਚੁਰਲੀ ਤੌਰ 'ਤੇ ਹੋ ਜਾਣੇ। ਇਸ ਕਰਕੇ ਮੈਂ ਆਪ ਜੀ ਦੇ ਮਾਧਿਅਮ ਨਾਲ ਇੱਕ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਆ, ਹੁਣ ਜਿਹੜੇ ਕੌਂਸਲਰ ਵੀ ਆ, ਜੇ ਤੁਸੀਂ ਆਪਣੇ ਵਾਰਡਾਂ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕੰਮ ਕਰਾਉਣਾ ਚਾਹੁੰਦੇ ਆ, ਤਾਂ ਤੁਸੀਂ ਜਿਹੜੀਆਂ ਵੋਟਾਂ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਾਉਣਾ, ਕੌਂਸਲਰਾਂ ਨੂੰ ਪਾਉਣਾ, ਤਾਂ ਕਿ ਉੱਪਰ ਵਾਲੀ ਸਰਕਾਰ ਔਰ ਸਾਡੀ ਸ਼ਹਿਰ ਵਾਲੀ ਸਰਕਾਰ ਇੱਕ ਹੋਵੇ ਔਰ ਦੋਨਾਂ ਦੇ ਤਾਲਮੇਲ ਦੇ ਨਾਲ ਕੰਮ ਵਧੀਆ ਹੋਣ। ਇਸ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਹਲਕੇ ਦੇ ਵਿੱਚ ਜੇ ਤੁਸੀਂ ਅੱਛੇ ਕੰਮ ਕਰਾਉਣਾ ਚਾਹੁੰਦੇ ਤਾਂ ਜਿਹੜੇ ਵੋਟ ਹੈਗੀ ਆ ਉਹ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਹੀ ਪਾਉਣ। ਧੰਨਵਾਦ ਸਰ, ਬਹੁਤ ਬਹੁਤ। Subscribe to One India channel and never miss an update.